ਲੈਤੀ ਮੀਡੀਆ ਵਾਲੇ ਵੀਰਾਂ ਨੇ, ਕਿਉਂ ਨੀ ਲੈਤੀ? ਮੈਂ ਦੱਸਦਾ ਵੀ ਕੀ ਕਾਰਨ ਆ, ਸਹੀ ਖਬਰ ਲਾਓ, ਖਬਰ ਲਾਉਣ ਵਾਲੀ ਆ, ਸੱਚੀ ਖਬਰ ਕਿਉਂ ਨੀ ਲਾਉਂਦੇ? ਸੱਚੀ ਖਬਰ ਤਾਂ ਲਾਉਂਦੇ ਨੀ ਮੇਰੇ ਕੋਲ, ਆਹ ਮੇਰਾ ਤਾਂ ਇੰਨਾ 2000 ਬੰਦਾ, 1500 ਕਿੰਨਾ ਬੰਦਾ ਲਾਈਵ ਦੇਖ ਰਿਹਾ, 2300 ਬੰਦਾ ਇਸ ਟਾਈਮ ਲਾਈਵ ਦੇਖ ਰਿਹਾ। ਮੀਡੀਆ ਦਾ ਇੱਕੋ ਹੀ ਕੰਮ ਹੁੰਦਾ ਲੋਕਾਂ ਤੱਕ ਆਵਾਜ਼ ਪਹੁੰਚਾਉਣੀ। ਮੀਡੀਆ ਵਾਲਾ ਕਹਿੰਦਾ ਮੈਨੂੰ ਕਿਹੜਾ ਬੋਲੀ ਨਾ ਬਾਈ, ਕਹਿੰਦਾ ਮੇਰੀ ਕੋਈ ਬੈਠ ਲੈਤੀ ਹੈ ਮੀਡੀਆ ਨੇ? ਮੈਂ ਦੱਸੋ ਵੀ ਜਿੰਨੇ ਵੀ ਜਾਣੇ ਤੁਸੀਂ ਖੜੇ ਹੋ ਬਾਈ, ਮੇਰੀ ਚੰਗੀ ਤਰ੍ਹਾਂ ਬੈਠ ਲੈਤੀ ਹੈ ਵੀ ਕੀ ਕਾਰਨ ਮੇਰੀ ਐਡੀ ਬੜੀ ਲੜਾਈ ਹੋਈ ਆ। ਤੁਹਾਨੂੰ ਪਹਿਲਾਂ ਇਹ ਕਿਹਾ ਵੀ ਤੁਸੀਂ ਬੋਲਿਓ ਨਾ ਅਸੀਂ, ਆਹ ਦੇਖ ਲਓ ਮੀਡੀਆ ਨੇ ਆਹ ਗੱਲ ਕਹੀ ਆ, ਇੱਥੇ ਮੀਡੀਆ ਵਾਲੇ ਆਏ ਸੀ, ਫਿਰ ਕਹਿੰਦੇ ਮੀਡੀਆ ਦੇ ਪੱਖ ਦੀ ਖਬਰ ਨਹੀਂ ਲਾਉਂਦਾ ਮੀਡੀਆ ਦਾ। ਕਹਿੰਦੇ ਦੋ ਗੱਡੀਆਂ ਸਨ, ਗੱਡੀ ਸਾਡੀ ਇੱਕ ਸੀ, ਕਹਿੰਦਾ ਤੁਸੀਂ ਨਾਲੇ 6 ਕਹਿੰਦੇ, ਸਾਨੂੰ 50 ਬੰਦੇ ਬਾਅਦ ਚ ਬੁਲਾਣੇ। ਮੀਡੀਆ ਵਾਲੇ ਗੱਲ ਕਹਿ ਕੇ ਗਏ, ਮੀਡੀਆ ਵਾਲੇ ਕੀ ਕਹਿ ਕਹਿੰਦੇ? ਜਿੰਨਾ ਤੋਂ ਬੰਦੇ ਜਾ ਕੇ ਦੇਖੋ 50 ਜਣੇ ਤੋਂ, ਕਹਿੰਦੇ ਤੁਸੀਂ ਨਾਲੇ, ਕਹਿੰਦੇ ਦੋ ਗੱਡੀਆਂ ਸਨ ਪਹਿਲਾਂ, 6 ਗੱਡੀ ਸਾਡੀ, ਆਹ ਦੇਖ ਲਓ ਮੀਡੀਆ ਅੰਦਰ, ਮੀਡੀਆ ਵਾਲੇ ਅੰਦਰ ਵੀਰ, ਮੈਂ ਹੁਣ ਮੀਡੀਆ ਵਾਲੇ ਉਹਨਾਂ ਦੀਆਂ ਗੱਲਾਂ, ਮੀਡੀਆ ਵਾਲੇ ਉਹਨਾਂ ਦੀ ਖਬਰ ਸਮਾਰ ਕੇ ਲਾਤੀ ਤੇ ਇੱਥੇ ਪੰਜਾਬ ਦੀ ਖਬਰ ਲਾਈ ਨਹੀਂ। ਮੇਰੇ ਕੋਲ ਤਾਂ ਮੀਡੀਆ ਇਤੋਂ ਵੱਡਾ ਮੀਡੀਆ, ਪਬਲਿਕ ਉੱਥੇ ਬੈਠ ਕੇ ਗੱਲਾਂ ਬਾਤਾਂ ਮੀਡੀਆ ਕਰਕੇ ਅੰਦਰ ਮੁੜਿਆ ਆ। ਇਹ ਤੁਹਾਡੇ ਪੰਜਾਬ ਦੇ ਨਾਲ ਧੋਖਾਧੜੀ ਹੋ ਰਹੀ ਆ, ਤੁਹਾਡੇ ਪੰਜਾਬ ਦਾ ਮੀਡੀਆ ਦੇਖ ਲਓ ਕੀ ਕਰਦਾ ਫਿਰਦਾ। ਹੁਣ ਦੇਖ ਲਓ ਇੱਥੇ ਇਹਨਾਂ ਦੀ ਦੇਖੀ ਕਿਆ, ਸਮਾਰ ਕੇ ਬੋਲ ਕੇ ਦੱਸ। ਕਹਿੰਦੇ 50 ਜਣੇ ਸੋ ਤੁਸੀਂ, ਨਾਲੇ ਪਹਿਲਾਂ 2 ਗੱਡੀਆਂ ਸਨ, 6 ਜਣੇ ਸੋ ਪਹਿਲਾਂ ਤੁਸੀਂ, ਫਿਰ ਤੁਸੀਂ ਦੁਬਾਰਾ 50 ਬੰਦੇ ਲੈ ਕੇ ਆਏ ਹੋ, ਫਿਰ ਕਹਿੰਦੇ 50 ਬੰਦੇ ਬੁਲਾ ਲੈ, ਅੱਬਲ ਹੈ ਅਸੀਂ 1 ਗੱਡੀ ਸੀ, ਨਾਲੇ ਅਸੀਂ 4 ਜਣੇ ਸਾਂ। ਇਹ ਉਹਨਾਂ ਦੀਆਂ ਗੱਲਾਂ ਸੁਣ ਕੇ ਆ ਕੇ ਸਾਡੇ ਤੋਂ ਨੇ ਉਲਟਾ ਉਹੀ ਗੱਲਾਂ ਲਾਉਣ ਦਾ, ਪੁੱਠੀ ਖਬਰ ਜਗਬਾਣੀ ਲੈ ਕੇ ਗਿਆ ਤੇ ਹੋਰ ਕਿਹੜਾ ਜੇ ਪੁੱਠੀ ਖਬਰ ਲੱਗੀ ਜਗਬਾਣੀ ਨੇ, ਜੇ ਪੁੱਠੀ ਆ, ਮੈਂ ਹੁਣ ਇਸ ਤਰ੍ਹਾਂ ਲਾਈਵ ਦਿਖਾ ਰਿਹਾ, ਜੇ ਜਗਬਾਣੀ ਨੇ ਕੋਈ ਪੁੱਠੀ ਖਬਰ ਲਾਈ ਜਾਂ ਕਿਸੇ ਨੇ ਵੀ ਲਾਈ, ਜਿਹੜੇ ਵੀ ਚੈਨਲਾਂ ਨੇ ਲਾਈ, ਮੈਂ ਜ਼ਰੂਰ ਉਹਨਾਂ ਨਾਲ ਦੱਬ ਕੇ ਫਿਰ ਮੈਂ ਕੱਢੂ ਲਾਉਣ ਦੇ ਸਾਡੇ। ਜੇ ਸਾਡੀ ਸੱਚ ਦੀ ਆਵਾਜ਼ ਉਹਨਾਂ ਨੇ ਮੀਡੀਆ ਨੇ ਨਾ ਲਾਈ, ਇਹ ਤੁਹਾਨੂੰ ਵੀ ਬਾਹਰ ਦੇ ਕੰਪਨੀ ਦਾ ਪੱਖ ਕਰਾਓ। ਬੰਦਾ ਜਿੰਨਾ ਵੀ ਲਾਈਵ ਦੇਖ ਰਿਹਾ, ਜੇ ਮੀਡੀਆ ਨੇ ਸਾਡੇ ਅੰਗੇਜ਼ 'ਚ ਕੋਈ ਖਬਰ ਲਾਈ ਨਾ, ਅਸਲੀ ਗੱਲ ਕੀ, ਅਸਲੀ ਗੱਲਬਾਤ ਮੈਂ ਦੱਸ ਦਿੰਦਾ ਵੀਰੋ, ਇਹ ਗੱਡੀ ਦਾ ਫਾਸਟ ਟੈਗ ਲੱਗਿਆ ਹੋਇਆ ਸੀ, ਆਪਣੇ ਬਹਾਦਰਗੜ੍ਹ ਦੇ ਮੁੰਡੇ ਸੀਗੇ, ਇਹਨਾਂ ਨੇ ਰੌਲਾ, ਇਹਨਾਂ ਨੇ ਆਖਿਆ ਵੀ ਸਾਨੂੰ ਸਾਡੀ ਗੱਡੀ ਲੰਘ ਜਾਂਦੇ, ਅੱਧਾ ਘੰਟਾ ਤੇ ਲੈਣਾ ਦੇ ਵਿੱਚ ਖੜਨਾ ਪੈਂਦਾ, ਅੱਧਾ ਪੌਣਾ ਘੰਟਾ ਲੈਣਾ ਦੇ ਵਿੱਚ ਖੜਨਾ ਪੈਂਦਾ। ਇਹ ਕਹਿੰਦੇ ਵੀ ਸਾਨੂੰ ਲੰਘ ਜਾਂਦੇ, ਸਾਡੇ ਨਾਲ ਬੰਦਾ ਵੀ ਐਮਰਜੈਂਸੀ, ਸਾਨੂੰ ਮਰੀਜ਼ ਸੀ ਇਹਨਾਂ ਦਾ ਬੰਦਾ, ਇਹਨਾਂ ਨੇ ਕੀ ਕਰਿਆ, ਇਹਨਾਂ ਨੇ ਉਹ ਬੈਰੀਗੇਡ ਚੱਕਣੇ ਸਟਾਰਟ ਕਰਦੇ, ਜਾਂ ਤਾਂ ਪੈਸੇ ਵੀ ਲੈ ਲਓ, ਕੱਲ੍ਹ ਤੋਂ ਪੈਸੇ ਲੈ ਲਓ, ਸਾਡੀ ਗੱਡੀ 'ਤੇ ਫਾਸਟ ਟੈਗ ਲੱਗਾ ਹੋਇਆ, ਜਦੋਂ ਫਾਸਟ ਟੈਗ ਮੰਨ ਕੇ ਚਲੋ ਲੱਗਿਆ ਹੋਇਆ ਸੀਗਾ, ਇਹਨਾਂ ਨੂੰ ਲੱਗਣਾ ਤੱਕ ਇਹਨਾਂ ਨੂੰ ਗੱਡੀ 'ਚੋਂ ਉਤਾਰ ਕੇ ਮੁੰਡਾ ਨੂੰ ਇੱਧਰ ਜਾ ਕੇ ਕੱਟਿਆ, ਫਿਰ ਇਹਨਾਂ ਸੀਸੇ ਆਪਦੇ ਕੋਲੋਂ ਸੀਸੇ ਭੰਨਣੇ ਨੇ ਬੰਦੇ, ਇਹ ਬਾਹਰ ਖੜੇ ਸੀ, ਇਹਨਾਂ ਨੇ ਫੋਨ ਵੀ ਕੀਤਾ, ਸਾਰੀ ਰਿਕਾਰਡਿੰਗ ਆਈ ਹੋਣੀ, ਉਹਨਾਂ ਨੇ ਸਾਰੇ, ਇਹਨਾਂ ਨੇ ਬਾਈ ਸੀਸੀਟੀਵੀ ਤੇ ਇਹਨਾਂ ਨੇ ਡਿਲੀਟ ਕਰਤਾ, ਸੀਸੀਟੀਵੀ ਆਪ ਚੁੱਪ ਕਰ, ਸੀਸੀਟੀਵੀ ਡਿਲੀਟ ਕਰ ਦੇਣਗੇ ਆਪਦੀ ਆਪਦੀ ਚੀਜ਼ ਕਰ, ਟਾਈਮ ਤੇ ਹੋਊਗਾ ਨਾ, ਚੁੱਪ ਕਰ ਬਾਈ, ਸੀਸੀਟੀਵੀ ਬਿਲਕੁਲ ਸਾਹਮਣੇ ਨਾ, ਮੈਂ ਸੀਸੀਟੀਵੀ ਤੇ ਇਹਨਾਂ ਦੇ ਯਕੀਨ ਨਹੀਂ ਕਰਦਾ, ਇਹ ਆਪਦੀ ਥੋਡੀ ਵੀਡੀਓ ਡਿਲੀਟ ਕਰ ਦੇਣਗੇ, ਆਪਦੇ ਪੱਖ ਦੀ ਦਿਖਾਉਣਗੇ, ਉਹੀ ਕਰ ਇਹਨਾਂ ਨੇ, ਹੁਣ ਵੀ ਮੀਡੀਆ ਨੂੰ ਉਹੀ ਕਰਿਆ, ਹੁਣ ਵੀ ਇਹਨਾਂ ਨੇ ਮੀਡੀਆ ਨੂੰ ਕੀ ਦਿਖਾਇਆ, ਮੀਡੀਆ ਵਾਲੇ ਨੇ ਕੀ ਖਬਰ ਲਾਈ ਆ, ਮੀਡੀਆ ਵਾਲੇ ਨੇ ਇਹ ਖਬਰ ਲਾਈ ਆ ਕਿ ਇਹਨਾਂ ਨੇ ਮੰਨ ਕੇ ਚਲੋ ਮੁੰਡਿਆਂ ਨੇ ਗੁੰਡਾਗਰਦੀ, ਮੁੰਡਿਆਂ ਨੇ ਗੁੰਡਾਗਰਦੀ ਕਰੀ ਆ, ਮੀਡੀਆ ਨੇ ਆਪਦੇ ਪੰਜਾਬ ਦੇ ਮੀਡੀਆ ਨੇ ਕੀ ਕਰਿਆ, ਮੰਨ ਕੇ ਚਲੋ ਮੁੰਡਿਆਂ ਦੀ ਗੁੰਡਾਗਰਦੀ ਦਿਖਾਤੀ, ਤੇ ਜਿਹੜੀ ਇਹਨਾਂ ਨੇ ਗੁੰਡਾਗਰਦੀ ਕਰੀਗਾ ਉਹ ਕੁਝ ਦਿਖਾਈ ਨਹੀਂ ਗਈ, ਮੈਂ ਕਹਿਣਾ ਚਾਹੁੰਦਾ ਇੱਕ ਤਾਂ ਜਗਬਾਣੀ ਬੈਲਟ ਲੈ ਗਿਆ, ਜਿੰਨੇ ਵੀ ਜਾਣੇ ਇੱਥੇ ਲੈ ਗਿਆ, ਤਾਂ ਤੁਹਾਨੂੰ ਮੈਂ ਜਿੰਨੇ ਵੀ ਤੁਸੀਂ ਪੰਜਾਬ ਦੇ ਲੋਕ ਲਾਈਵ ਦੇਖ ਰਹੇ ਹੋ ਨਾ, ਇਹ ਮੀਡੀਆ ਬਕਾਊ ਮੀਡੀਆ, ਫਿਰ ਮੈਂ ਸੱਚੂ ਗੱਲ ਕਹੂੰਗਾ, ਉੱਥੇ ਜਾ ਕੇ ਪੈਸੇ ਲਾ ਕੇ ਖਬਰ ਲਾ, ਜੇ ਅਸਲ ਮੇਰੀ ਮੇਰੀ ਬਾਈ ਇੱਥੇ ਸੱਚੀ ਗੱਲ ਬੋਲ, ਮੇਰੀ ਕਿਉਂ ਨੀ ਬੈਠ ਲੈਤੀ ਦੱਸ, ਉਹਨਾਂ ਨੂੰ ਪਤਾ ਸੀਗਾ ਵੀ ਤੁਸੀਂ ਸੱਚ ਦੀ ਗੱਲ ਕਰਨੀ ਆ, ਤੁਹਾਨੂੰ ਉਹਨਾਂ ਨੂੰ ਜਵਾਬ ਦੇਣਾ ਔਖਾ ਹੋ ਜਾਣਾ ਸੀਗਾ, ਮੀਡੀਆ ਨੂੰ ਤੁਹਾਨੂੰ ਜਵਾਬ ਦੇਣਾ ਔਖਾ ਹੋ ਜਾਣਾ ਸੀਗਾ, ਆਹ ਗੱਲਬਾਤ ਆ, ਇੱਥੇ ਸੱਚਾਈ ਆ, ਖੜਾ ਮੁੰਡਾ ਲਾਈਵ ਮੇਰੇ ਨਾਲ, ਇਹਨਾਂ ਨੇ ਸੱਟਾ ਲੱਗੇ ਨੇ ਨਾ, ਦੂਜਾ ਭਰਾ ਰਜਿੰਦਰਾ ਹਸਪੀਟਲ ਦੇ ਵਿੱਚ ਆ, ਜੇ ਪ੍ਰਸ਼ਾਸਨ ਇਹਨਾਂ ਨੇ 307 ਦਾ ਪਰਚੇ ਦੀ ਮੰਗ ਕਰਦਾ, 307 ਦਾ ਪਰਚਾ ਰਾਦਾ ਕਤਲ ਇਹ ਟੋਲ ਟੈਕਸ ਤੇ ਹੋਣਾ ਚਾਹੀਦਾ, ਕਿਉਂਕਿ ਮੁੰਡਾ ਰਜਿੰਦਰਾ ਹਸਪੀਟਲ ਦੇ ਵਿੱਚ ਐਡਮਿਟ ਹੈ, ਕਿਉਂ ਨੀ 307 ਦਾ 307 ਦਾ ਪਰਚਾ ਹੋਣਾ ਚਾਹੀਦਾ ਬਾਈ, ਗੱਲ ਸੁਣ ਲੈ ਇੱਕ ਜਾਣੇ, ਬਾਕੀ ਉਹਨੂੰ ਪਲੀਜ਼ ਕਿ ਮੁੰਡੇ ਨੂੰ ਅੰਦਰ ਲੱਗ ਗਏ ਨੇ, ਬਿਲਕੁਲ ਆਇਆ ਨਾ ਚੱਲ ਕੇ ਕੁੱਟੀ ਨੇ, ਆਇਆ ਜੇ ਕੋਈ ਬੰਦਾ ਇੱਥੇ ਵੇਖਿਆ ਨਾ ਤੁਹਾਡੇ ਚੋਂ,
ਮੈਂ ਬਾਈ ਮੈਂ ਸਿੱਧੀ ਗੱਲ ਆ, ਮੈਂ ਕੋਈ ਬੰਦਾ ਵਿਕਣਾ ਨਹੀਂ, ਜਿਹੜੀ ਹੁਣ ਇਨਸਾਨੀਅਤ ਟੌਪ ਦੀ ਗੱਲ ਆ, ਮੈਂ ਲਾਈਵ ਦਾ ਤਾਂ ਹੋਇਆ, ਜਿਹੜੀ ਸੱਚੀ ਗੱਲ ਆ, ਤੁਹਾਨੂੰ ਕੋਈ ਟੋਲ ਟੈਕਸ ਵਾਲੇ ਤੇ ਖਰੀਦ ਲੈ, ਤੁਹਾਨੂੰ ਕੋਈ ਬੰਦਾ ਖਰੀਦ ਲੈ, ਜੇ ਤਾਂ ਕੋਈ ਵਿਕ ਗਿਆ ਨਾ ਬੰਦਾ, ਮੈਂ ਆਪਾਂ ਨੂੰ ਪਸੰਦ ਨਹੀਂ ਹੈਗਾ ਬਾਈ, ਮੇਰਾ ਕੋਈ ਵਿਆਹ ਨਹੀਂ ਖੜਾ, ਮੈਂ ਉਹਦੀ ਗੱਡੀ ਦਾ 1000 ਰੁਪਏ ਦਾ ਉਹਦੇ ਕੋਲੋਂ ਤੇਲ ਦਿੱਤਾ, ਜਾਂ ਮੈਨੂੰ ਦੱਸੋ ਕੋਈ ਬੰਦਾ ਮੈਂ ਕਿਤੋਂ ਪੈਸੇ ਲੈਣਾ, ਬਿਲਕੁਲ ਨੀ, ਕੋਈ ਪੈਸਾ ਨੀ, ਠੀਕ ਹੈ, ਇਹਨਾਂ ਦੀ ਗੁੰਡਾ ਕਰਦੀ, ਇਹਨਾਂ ਦੀ ਨਜਾਇਜ਼, ਇਹਨਾਂ ਦੀ ਗੁੰਡਾ ਕਰਦੀ, ਇਹਨਾਂ ਦੀ ਬੰਦ ਕਰਾਉਣੀ ਆ ਸਾਰੇ ਹੀ, ਮੇਰਾ ਜਿਹੜਾ ਅਸਲੀ, ਜੇ ਕੋਈ ਵੀ ਮੀਡੀਆ ਆਉਂਦਾ ਇੱਥੇ ਆ ਜੇ, ਇੱਥੇ ਇੱਥੇ ਆ, ਇਨਸਾਨੀਅਤ ਦੀ ਖਬਰ ਲਾਵੇ ਤਾਂ ਲਾਵੇ, ਸਿੱਧਾ ਹੋ ਕੇ ਲਾਵੇ, ਉੱਥੇ ਆ ਥੋੜੂ ਅੰਦਰ ਬਹਿ ਕੇ ਕੱਲਿਆਂ ਦਾ ਪੱਖ ਮਾੜੀ ਜਾਏ, ਬਾਈਟ ਲੈ ਕੇ, ਐਂ ਨਹੀਂ ਕੰਮ ਚੱਲਦੇ, ਸੱਚ ਬੋਲਣਾ ਪਊਗਾ ਤਾਂ ਮੀਡੀਆ ਚੱਲੂ, ਆਹ ਤਾਂ 2-3 ਹਜ਼ਾਰ ਬੰਦਾ ਲਾਈਵ ਦੇਖ ਰਿਹਾ, ਪਤਾ ਹੀ ਭਾਣਾ ਸੁਧੂ ਸੱਚ ਦੀ ਗੱਲ ਕਰਦਾ, ਹੱਕ ਸੱਚ ਦੀ ਗੱਲ ਕਰਦਾ, ਮੀਡੀਆ ਨੂੰ ਵੱਧ ਲੋਕ ਦੇਖਣਗੇ ਇੱਥੇ, ਜੋ ਮਰਜ਼ੀ ਬੋਲੋ, ਜੋ ਮਰਜ਼ੀ ਸੱਚੀ ਗੱਲ ਬੋਲੋ, ਲਾਈਵ ਚੱਲ ਰਿਹਾ। ਸਭ ਤੋਂ ਵੱਡੀ ਪ੍ਰੋਬਲਮ ਤਾਂ ਲਾਈਨਾਂ 'ਚ ਖੜਨ ਦੀ ਆ, ਭੀੜ ਦੀ ਹੈ ਸਮੱਸਿਆ, ਭੀੜ ਪਿੱਛੇ ਜਦੋਂ ਆਪਾਂ ਜਾਮ 'ਚ ਫਸਦੇ ਆ ਫਿਰ ਪਰੇਸ਼ਾਨੀ ਦਾ, ਵੀ ਪੰਜਾਬ ਦੇ ਮੁੰਡੇ ਟੋਲ ਟੈਕਸਾਂ ਦੇ ਲੱਗੇ ਹੋਏ ਨੇ, ਪੰਜਾਬ ਦੇ ਮੁੰਡੇ ਗੱਲ ਸੁਣ ਲਓ, ਪ੍ਰਸ਼ਾਸਨ ਇੱਕ ਮਿੰਟ ਸਾਰਾ ਜਾਮ ਦਿਖਾਉਣਾ, ਆ ਜਾ ਮੜਾ ਦਿਖਾਉਣਾ, ਸਿੱਧੀਆਂ ਗੱਡੀਆਂ ਕੱਢ ਰਹੇ ਨੇ, ਪਰਚੀ ਨੀ ਹੋ ਰਹੀ ਕਿਸੇ ਵੀ ਗੱਡੀ ਦੀ, ਉਹ ਗੱਡੀ ਦੀ ਪਰਚੀ ਨੀ ਹੋਈ, ਸਿੱਧੀ ਗੱਡੀ ਨਿਕਲੀ ਆ, ਉਹ ਹੁਣ ਜਾਣ ਕੇ ਕੱਢ ਰਹੇ ਨੇ, ਹੁਣ ਕੋਈ ਗੱਡੀ ਦੀ ਸਕੈਨ ਨੀ ਹੋ ਰਿਹਾ, ਉਹਦੇ ਮਸ਼ੀਨ ਹੱਥ ਚ ਫੜੀ ਖੜਾ, ਮਸ਼ੀਨ ਹੱਥ ਚ, ਦੇਖੋ ਲੈਣਾ ਲੱਗੀਆਂ, ਰਾਜਪੁਰ ਦੇ ਰਾਜ ਤੇ ਭਾਦਰਗੜ੍ਹ ਦੇ, ਇਹਨਾਂ ਨੇ ਕੁਛ ਗੱਲਾਂ ਮਾਰਦੇ ਨੇ, ਵੱਡੀਆਂ ਵੱਡੀਆਂ ਲਾਈਨ ਦੇਖ ਕੇ ਗੱਡੀਆਂ ਲਾਓ ਸਾਈਡ ਤੇ, ਇੱਧਰ ਲਾਓ ਗੱਡੀਆਂ ਨਾਲ ਕਰੀਏ ਗੱਲਬਾਤ, ਉਹ ਲਾਈਨ ਦੇਖ ਲਓ ਕਿੱਥੇ ਤੱਕ ਲੱਗੀ ਆ।
ਘੰਟਾ ਘੰਟਾ ਇਹ ਟੋਲ ਟੈਕਸ ਨੇ ਖੜਨਾ ਪੈਂਦਾ ਘੰਟਾ ਘੰਟਾ। ਹੁਣ ਪੰਜਾਬ ਦੀ ਲੁੱਟ ਮਚਾਈ ਪਿਆ, ਲੁੱਟ ਪੰਜਾਬ ਦੇ ਵਿੱਚ ਟੋਲ ਟੈਕਸ ਨੇ ਇਹਨਾਂ ਨੇ। ਸਾਈਡ ਤੇ ਹੋ ਜਾਓ, ਸਾਈਡ ਤੇ ਦਿਖਾਉਣਾ ਦਿਖਾਉਣਾ। ਬੜਾ ਹੱਥ ਰੱਖ ਲਾ ਫੋਨ ਤੇ, ਹੱਥ ਹੀ ਹੈ ਕੋਈ ਗੱਲ ਨੀ। ਜਿਹੜੇ ਮੁੰਡਿਆਂ ਨੇ ਰਾਤ ਕੁੱਟੇ ਸੀ ਉਹ ਮੁੰਡੇ ਭਜਾ ਦਿੱਤੇ ਯੂਪੀ ਦੇ ਇਹਨਾਂ ਨੇ। ਰਾਤ ਮੁੰਡੇ ਕੁੱਟੇ ਗਏ ਨੇ ਪ੍ਰਸ਼ਾਸਨ। ਮੈਂ ਕਹਿੰਦਾ ਇੰਨਾ ਕਿਉਂ ਯਾਰ, ਕਿਉਂ ਜਵਾਕਾਂ ਨੇ ਪਰਚਾ ਦਰਜ ਕਰੇ ਇਹਨਾਂ ਦੇ? ਆਹ ਦਿਖਾਓ, ਆਹ ਦਿਖਾਓ, ਐਡੀ ਲੁੱਟ ਕਸੁੱਟ ਕਰੀ ਪਏ ਇਹਨਾਂ ਨੇ। ਆਹ ਲੈਂਡ ਬੰਦ ਪਈ, ਇਧਰੋਂ ਦੇਖ ਲਓ, ਆਹ ਬੋਲ ਇਧਰੋਂ ਖੜ ਕੇ ਵੀ ਲੈਂਡ ਬੰਦ ਪਈ ਹੈ। ਆਹ ਲੈਂਡ ਬੰਦ ਕਰੀ ਪਏ ਉੱਥੇ ਉੱਤੋਂ ਫਾਸਟ ਟੈਗ ਲਿਖਿਆ ਪਿਆ। ਸਾਰਾ ਕੁਝ ਕੰਮ ਗਿਆ ਦਾ, ਸਭ ਲੋਕਾਂ ਨੂੰ ਪਤਾ ਜਿਹੜੇ ਲੋਕ ਇੱਥੋਂ ਲੰਘ ਕੇ ਆਉਂਦੇ ਨੇ ਘੰਟਾ ਘੰਟਾ ਟੋਲ ਟੈਕਸਾਂ ਨੇ ਖਾਧੇ ਨੇ। ਆਹ ਮੀਡੀਆ ਵਾਲੇ ਆ ਜਾਂਦੇ ਚੱਕ ਕੇ, ਆਹ ਖਬਰ ਕਿਉਂ ਨਹੀਂ ਲਾਈ ਮੀਡੀਆ ਨੇ? ਉਹ ਮੀਡੀਆ ਵਾਲੇ ਬਾਈ ਬਣ ਕੇ ਮੇਰੇ ਹੱਥ ਬਣ ਕੇ ਵੇਟ ਤੇ ਇੰਨੇ ਨਾ ਬੇਕਾ ਕਰੋ, ਵੀਰ ਬਣ ਕੇ ਤੂੰ ਸਾਡੇ ਭਰਾ ਹੋਵੇ ਮੇਰੇ ਤੱਕ, ਤੁਸੀਂ ਸਾਡੇ ਭਰਾ ਹੋ ਮੀਡੀਆ ਵਾਲੇ, ਸੱਚ ਦੀ ਖਬਰ ਲਾਓ ਯਾਰ, ਕੋਈ ਗੱਲ ਬਣਦੀ ਹੈ ਸੱਚ ਦੀ ਖਬਰ ਲਾਓ, ਸੱਚ ਇਨਸਾਨੀਅਤ ਬਣਦੀ ਆ। ਅੰਦਰ ਜਾ ਕੇ ਉਹਨਾਂ ਦੀ, ਤੁਸੀਂ ਉਹਨਾਂ ਦੇ ਇੰਟਰਵਿਊ ਲਿਆ ਹੈ, ਸਾਡਾ ਵੀ ਆ ਕੇ ਹਾਲ ਪੁੱਛ ਲਓ ਵੀ ਕਿਉਂ ਮੁੰਡਿਆਂ ਨੂੰ ਕੁੱਟਿਆ ਗਿਆ। ਜੇ ਮੁੰਡੇ ਸਹੀ ਰਾਤ ਲੜੇ ਜਿਹੜੇ ਹੁਣ ਹੁੰਦੇ, ਜਿਹੜੇ ਸਹੀ ਹੁੰਦੇ ਉਹ ਨਾ ਮਾਰਦੇ, ਯਾਦ ਕਰਦਾ ਗੁੰਡਾ ਕਰਦੇ ਆ। ਇੱਥੇ ਬਹੁਤ ਮੰਤਰੀ ਲੱਗਦੇ ਨੇ, ਬਹੁਤ ਐਮਐਲਏ ਲੱਗਦੇ ਨੇ, ਕਾਂਗਰਸ ਦਾ ਬੰਦਾ ਨਹੀਂ ਖੜਾ ਹੋਇਆ, ਬੈਰੀਕੇਡ ਪਾ ਕੇ ਕੋਈ ਨਹੀਂ ਖੜਾ। ਉਹ ਖੜੇ ਨੇ ਅਫਸਰ, ਖੜੇ ਨੇ, ਸਾਡੀ ਹੈ ਨਹੀਂ ਜੀ ਜ਼ਿੰਮੇਵਾਰੀ ਇੱਥੇ, ਇਹਨਾਂ ਦੀ ਹੈ। ਇੱਧਰ ਆ ਜਾ, ਇੱਧਰ ਕੋਈ ਨਾ ਕਰਿਓ, ਇਹਨਾਂ ਨੂੰ ਖੜਿਆ ਨਾ ਦੇਖ। ਇੱਥੇ ਕਿਹੜਾ ਆਇਆ ਅਫਸਰ? ਵੀ ਉਧਰ ਹੀ ਲੰਘ ਗਏ, ਲੈ ਦੇਖ ਲੋ। ਇਹਨੂੰ ਇਹ ਗੱਲਾਂ ਬਾਤਾਂ ਨੇ ਪੰਜਾਬ ਦੇ ਵਿੱਚ ਆ, ਲੁੱਟ ਨਹੀਂ ਹੋਣ ਦਿੰਦੇ। ਗੱਲ ਇਹੀ ਆ, ਗੱਲ ਇਹੀ ਆ, ਕਾਰ ਨਿਕਲ ਖੜ ਕੇ ਸੁਣਨ ਵਾਲੀ ਬੋਲ ਬੋਲ ਫੇਰ। ਖੜ ਜੋ ਕੀ ਹਾਲ ਹੈ? ਇਹਨਾਂ ਨੇ ਰਾਤ ਮੁੰਡੇ ਇਹਨਾਂ ਨੇ ਕੁੱਟਦੇ, ਰਾਤ ਇਹਨਾਂ ਨੇ ਮੁੰਡੇ, ਇਹ ਮੁੰਡੇ ਨੇ ਕੁੱਟੇ ਨੇਗੇ, ਪ੍ਰਸ਼ਾਸਨ ਇਹਨਾਂ ਨੇ ਪਰਚਾ ਦਰਜ ਕਰਤਾ ਪਰਚਾ। ਅਸੀਂ ਚਾਹੁੰਦੇ ਵੀ ਇਹਦੇ ਟੋਲ ਟੈਕਸ 307 ਦਾ ਪਰਚਾ ਦਰਜ ਹੋਣਾ ਚਾਹੀਦਾ। ਰਜਿੰਦਰਾ ਹੌਸਪੀਟਲ ਦੇ ਵਿੱਚ ਮੁੰਡਾ ਐਡਮਿਟ ਆ। ਪੰਜਾਬ ਵਾਲਿਓ, ਤੁਹਾਡਾ ਪੰਜਾਬ ਇੱਕ ਦਿਨ ਖਤਮ ਹੋ ਜਾਣਾ ਇੱਥੇ।